ਲੱਖ ਲੱਖ ਬਣਦਾ ਦਿਓ ਸਤਕਾਰ ਪੰਜਾਬੀ ਨੂੰ ਗੈਰਾਂ ਦੀ ਨਾ ਕਰਦੇਓ ਤੁਸੀਂ ਗੁਨਾਹਗਾਰ ਪੰਜਾਬੀ ਨੂੰ ਤੁਹਾਡੇ ਕਰਕੇ ਸਿਰ ਨਾ ਝੁਕ ਜਾਏ ਪੰਜਾਬੀ ਦਾ ਕਿਤੇ ਭੈਣਾ ਹੀ ਨਾ ਪਾਉਣ ਲੱਗ ਜਾਣ ਬੰਗਾਰ ਪੰਜਾਬੀਓ ਹਿੰਦੀ ਉਰਦੂ ਪੰਜਾਬੀ ਸਭ ਭੈਣਾ ਵਰਗੀਆਂ ਨੇ ਨਾ ਕਰੋ ਤੁਸੀਂ ਸ਼ਰਮਸਾਰ ਪੰਜਾਬੀ ਨੂੰ ਪੜੋ ਪੰਜਾਬੀ ਤੇ ਪੜਾਓ ਪੰਜਾਬੀ ਪੁੱਤਰਾਂ ਨੂੰ ਜੇ ਚਾਹੁੰਦੇ ਹੋ ਦੇਣਾ ਸਹੀ ਸਤਕਾਰ ਪੰਜਾਬੀ ਨੂੰ ਜੇ ਚਾਹੁੰਦੇ ਹੋ ਦੇਣਾ ਸਹੀ ਸਤਕਾਰ ਪੰਜਾਬੀ ਨੂੰ ਸਤਿ ਸ੍ਰੀ ਅਕਾਲ ਮੈਂ ਨਵਜੋਤ कौर ਲੰਬੀ 16 ਫਰਵਰੀ ਪੰਜਾਬੀ ਮਾਂ ਬੋਲੀ ਦਿਵਸ ਤੇ ਪੰਜਾਬੀ ਮਾਂ ਬੋਲੀ ਦਿਹਾੜੇ ਤੇ ਆਪਣੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਤਿੰਨ ਮਾਵਾਂ ਦੀ ਬਹੁਤ अहमियत ਹੁੰਦੀ ਹੈ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਤਿੰਨ ਮਾਵਾਂ ਤੋਂ ਬਿਨਾ ਕਦੇ ਵੀ ਪੂਰੀ ਨਹੀਂ ਹੁੰਦੀ ਪਹਿਲੀ ਮਾਂ ਜੋ ਸਾਨੂੰ ਜਨਮ ਦਿੰਦੀ ਹੈ ਸਾਡਾ ਪਾਲਣ ਪੋਸ਼ਣ ਕਰਦੀ ਹੈ ਤੇ ਦੂਸਰੀ ਹੈ ਧਰਤੀ ਮਾਂ ਜਿਸ ਨੇ ਸਾਡੇ ਸਰੀਰ ਨੂੰ ਚੱਲਦੇ ਰਹਿਣ ਦੇ ਲਈ ਸਾਡੀ ਜ਼ਿੰਦਗੀ ਨੂੰ ਚੱਲਦੇ ਰਹਿਣ ਦੇ ਲਈ ਸਾਨੂੰ ਅਨਾਜ ਦਿੱਤਾ ਸਾਨੂੰ ਫਲ ਫਰੂਟ ਦਿੱਤੇ ਸਾਨੂੰ ਸਬਜ਼ੀਆਂ ਦਿੱਤੀਆਂ ਤਾਂ ਕਿ ਸਾਡੇ ਸਰੀਰ ਦਾ ਸੰਪੂਰਨ ਵਿਕਾਸ ਹੁੰਦਾ ਰਹੇ ਤੇ ਤੀਜੀ ਹੈ ਸਾਡੀ ਮਾਂ ਬੋਲੀ ਪੰਜਾਬੀ ਜਿਸ ਨੇ ਸਾਨੂੰ ਸ਼ਬਦ ਦਿੱਤੇ ਜਿਸ ਨੇ ਸਾਨੂੰ ਕਲਾ ਦਿੱਤੀ ਦੁਨੀਆ ਦੇ ਵਿੱਚ ਕਿਤੇ ਵੀ ਵਿਚਰਨ ਦੇ ਲਈ ਆਪਣੇ ਵਿਚਾਰ ਰੱਖਣ ਦੇ ਲਈ ਸਾਨੂੰ ਜ਼ੁਬਾਨ ਦਿੱਤੀ ਤੇ ਅਸੀਂ ਲੋਕ ਬੜੇ ਖੁਸ਼ਕਿਸਮਤ ਆ ਬੜੇ ਭਾਗਾ ਵਾਲਿਆਂ ਕਿ ਸਾਡੇ ਹਿੱਸੇ ਪੰਜਾਬੀ ਜ਼ੁਬਾਨ ਆਈ ਸਾਡੇ ਹਿੱਸੇ ਪੰਜਾਬੀ ਮਾਂ ਬੋਲੀ ਆਈ ਪੰਜਾਬ ਸਿੰਘ ਦੀ ਸਰ ਜ਼ਮੀਨ ਦੀ ਮਲਕੀਅਤ ਸਾਡੇ ਹਿੱਸੇ ਆਈ ਬੜੀ ਪਵਿੱਤਰ ਧਰਤੀ ਹੈ ਸਾਡੇ ਪੰਜਾਬ ਦੀ ਧਰਤੀ ਜਿੱਥੇ ਪੰਜ ਦਰਿਆ ਵਗਦੇ ਨੇ ਜਿਸ ਨੂੰ ਗੁਰੂਆਂ ਪੀਰਾਂ ਪਗੰਬਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਕਿਹਾ ਜਾਂਦਾ ਹੈ ਜਿਸ ਦੇ ਕਣ ਕਣ ਦੇ ਵਿੱਚ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ ਤੇ ਜਿਸ ਦਾ ਕੁਰਬਾਨੀਆਂ ਭਰਿਆ ਇਤਿਹਾਸ ਸਾਨੂੰ ਜਿੱਦੀ ਜਨੂਨੀ ਤੇ ਅਣਖੀ ਬਣਾਉਂਦਾ ਹੈ ਅਰ ਅੱਜ ਸਾਨੂੰ ਇੱਕ ਗੱਲ ਨੂੰ ਲੈ ਕੇ ਚਕੰਨੇ ਰਹਿਣ ਦੀ ਜ਼ਰੂਰਤ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਖੋਣ ਲਈ ਸਾਡੀ ਧਰਤੀ ਮਾਂ ਨੂੰ ਖੋਣ ਦੇ ਲਈ ਸਮੇਂ-ਸਮੇਂ ਤੇ ਪੰਜਾਬ ਤੇ ਹੱਕਾਂ ਹਕੂਕਾਂ ਤੇ ਡਾਕਾਂ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਪੰਜਾਬ ਦੇ ਹੱਕਾਂ ਹਕੂਕਾਂ ਨੂੰ ਖੋਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਇਸ ਨੂੰ ਬਚਾਉਣ ਦੇ ਲਈ ਅਸੀਂ ਕੀ ਕਰ ਰਹੇ ਹਾਂ ਇਹ ਸਵਾਲ ਸਾਡੇ ਅੱਗੇ ਖੜਾ ਹੁੰਦਾ ਮੈਨੂੰ ਯਾਦ ਹੈ 4 ਸਾਲ ਪਹਿਲਾਂ ਜੇ ਆਪਾਂ ਪਿੱਛੇ ਜਾਈਏ ਅੱਜ ਪੰਜਾਬੀ ਮਾਂ ਬੋਲੀ ਦਿਹਾੜਾ ਸੀ ਮਨਾ ਰਹੇ ਹਾਂ ਤੇ 4 ਸਾਲ ਪਹਿਲਾਂ ਜੇ ਆਪਾਂ ਦੇਖੀਏ ਤਾਂ ਵੀਰ ਲਖੇ ਸਿਧਾਣੇ ਨੇ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਕੀਤਾ ਮੈਨੂੰ ਯਾਦ ਹੈ 2018 ਦੇ ਵਿੱਚ ਗੋਦੇਵਾਲਾ ਸਟੇਡੀਅਮ ਮੋਗਾ ਦੇ ਵਿੱਚ ਇੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਹੋਇਆ ਸੀ ਤੇ ਮੈਂ ਵੀ ਉਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਪੰਜਾਬੀ ਮਾਂ ਬੋਲੀ ਸੰਬੰਧੀ ਮੈਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੀ ਤੇ ਉੱਥੇ ਬਹੁਤ ਹੀ ਥੋੜੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ ਤੇ ਅੱਜ ਸਮੇਂ ਦੇ ਬਦਲਾਅ ਦੇ ਅਨੁਸਾਰ ਜੇਕਰ ਆਪਾਂ ਦੇਖੀਏ ਤਾਂ ਲੋਕ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਜਾਗਰੂਕ ਹੋਏ ਆ ਲੋਕ ਪੰਜਾਬੀ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝਣ ਲੱਗੇ ਨੇ ਆਪਣੇ ਆਪਣੇ ਪੱਦਰ ਤੇ ਲੇਖਕਾਂ ਨੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੈਮੀਨਾਰ ਕਰਵਾਏ ਜਾ ਰਹੇ ਆ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਆ ਅੱਜ ਸਾਡੀ ਧਰਤੀ ਮਾਂ ਨੂੰ ਖੋਹਣ ਦੇ ਲਈ ਸਾਜ਼ਿਸ਼ਾਂ ਚੱਲ ਰਹੀਆਂ ਨੇ ਤੇ ਅਸੀਂ ਅੱਜ ਸਾਰੇ ਲੋਕ ਇੱਕਜੁੱਟ ਹੋ ਕੇ ਧਰਤੀ ਮਾਂ ਨੂੰ ਬਚਾਉਣ ਦੇ ਲਈ ਏਕਤਾ ਦੇ ਨਾਲ ਲੜ ਰਹੇ ਆ ਤੇ ਅੱਗੇ ਵੀ ਸਾਨੂੰ ਪੰਜਾਬ ਪੰਜਾਬੀਅਤ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੀ ਸਰਜ਼ਮੀਨ ਸਾਡੀ ਧਰਤੀ ਮਾਂ ਨੂੰ ਬਚਾਉਣ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਸੋ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪੰਜਾਬੀ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ